ਤਕਰੀਬਨ 10000 ਯੂ ਐਸ ਡਾਲਰ ਦੇ ਬਰਾਬਰ ਦੀ ਫੀਸ ਜਾਣੀ ਸੋ ਵੀਜ਼ਾ ਸਕਸੈਸ ਰ ਬਹੁਤ ਜ਼ਿਆਦਾ ਵਧੀਆ ਹੈ 10 11 ਸਾਲ ਦਾ ਗੈਪ ਵੀ ਸੈਪਟੇਬਲ ਹੈ ਕਿਉਂਕਿ ਕੋਈ ਪੁਰਾਣੇ ਫੰਡ ਦਿਖਾਉਣ ਦੀ ਜ਼ਰੂਰਤ ਨਹੀਂ ਤੁਸੀਂ ਰਿਫਿਊਜ਼ਲ ਰਿਸਕ ਬਹੁਤ ਜ਼ਿਆਦਾ ਘੱਟ ਹੈ ਸੋ 1 2 3 4 ਨਹੀਂ ਘਟੋ-ਘਟ 17 ਕੰਟਰੀ ਦੀ ਆਪਸ਼ਨ ਹੈ ਯੂਰਪ ਚ ਗ੍ਰੀਸ ਬਾਰੇ ਗੱਲ ਕੀਤੀ ਕਿ ਦੋਸਤੋ ਸਾਡੇ ਕੋਲ ਪਬਲਿਕ ਯੂਨੀਵਰਸਿਟੀਆਂ ਨੇ ਦੋ ਤੋਂ ਤਿੰਨ ਮਹੀਨਾ ਦਾ ਟੋਟਲ ਵੀਜ਼ਾ ਪ੍ਰੋਸੈਸ ਔਰ ਤੁਹਾਡੇ ਪੇਰੈਂਟਸ ਦਾ ਤੁਹਾਡੇ ਮਾਪੇ ਉਹਦਾ ਤੁਹਾਡੇ ਪਰਿਵਾਰ ਦਾ ਬਜਟ ਉਦੇ ਹਿਸਾਬ ਨਾਲ ਉਹਦੇ ਅਕੋਰਡਿੰਗਲੀ ਤੁਹਾਨੂੰ ਕੰਟਰੀ ਦੀ ਸੈਟਿੰਗ ਕੀਤੀ ਜਾਂਦੀ ਹੈ ਅੱਧਿਆਂ ਪੈਸਿਆਂ 'ਚ ਜੈਨੂਨ ਲੀਗਲ ਤਰੀਕੇ ਨਾਲ ਜਾਸਦੇ ਫਿਰ ਇਲੀਗਲ ਰਸਤੇ اختیار ਕਰਨ ਦੀ ਕੀ ਲੋੜ ਹੈ ਸਸਕਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਸ਼ੈਨ ਰਾਹੀ ਆਰਐਸ ਗਲੋਬ ਇਮੀਗ੍ਰੇਸ਼ਨ ਤੋਂ ਪਿਛਲੇ ਕਈ ਦਿਨਾਂ ਤੋਂ ਅਸੀਂ ਯੂਰਪ ਦੀਆਂ ਅਲੱਗ-ਅਲੱਗ ਕੰਟਰੀ ਜੁਤੇ ਵੀਡੀਓ ਬਣਾ ਰਹੇ ਹਾਂ ਬਹੁਤ ਵੱਡੀ ਗਿਣਤੀ 'ਚ ਪਿਆਰ ਦੇ ਰਹੇ ਹੋ ਧੰਨਵਾਦ ਕਰ ਸਕਦਾ ਪਰ ਧੰਨਵਾਦ ਸ਼ਾਇਦ ਜ਼ਬਾਨ ਦੇ ਨਾਲ ਸ਼ਬਦ ਨਾਲ ਪੂਰਾ ਨਾ ਹੋਵੇ ਕਿਉਂਕਿ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਸਾਨੂੰ ਜਿਨੇ ਉਹ ਜੋ ਅਸੀਂ ਵੀਡੀਓ ਬਣਾ ਰਹੇ ਹਾਂ ਤੇ ਉਹ ਤੇ ਤੁਹਾਡੇ ਕਮੈਂਟਸ ਤੁਹਾਡਾ ਪਿਆਰ ਹੋਰ ਜ਼ਿਆਦਾ ਵਧ ਰਿਹਾ ਸੋ ਦੋਨੇ ਹੱਥ ਜੋੜ ਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਐਂਡ ਬੜਾ ਚੰਗਾ ਲੱਗਦਾ ਜਦੋਂ ਵੀਡੀਓ ਦੇਖਦੇ ਹੋ ਚੰਗੇ ਚੰਗੇ ਸਵਾਲ ਪੁੱਛਦੇ ਹੋ ਇਸ ਗੱਲ ਦੀ ਤਸੱਲੀ ਹੁੰਦੀ ਮਨ ਨੂੰ ਸੈਟੀਸਫੈਕਸ਼ਨ ਹੁੰਦੀ ਹੈ ਕਿ ਤੁਹਾਡੀ ਕੀਤੀ ਮਿਹਨਤ ਦਾ ਬੱਚੇ ਨੂੰ ਮੁੱਲ ਪੈ ਰਿਹਾ ਅੱਜ ਬੱਚੇ ਸਿਆਣੇ ਹੋ ਚੁੱਕੇ ਨੇ ਡਿਜੀਟਲ ਮੀਡੀਆ ਦਾ ਜ਼ਮਾਨਾ ਬੱਚੇ ਮੋਬਾਈਲ ਫੋਨ ਦੇ ਜ਼ਰੀਏ ਸਾਡੇ ਚੈਨਲ ਨਾਲ ਜੁੜ ਕੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਜਾਣਕਾਰੀ ਇਕੱਠੀ ਕਰ ਚੁੱਕੇ ਨੇ ਸੋ ਪਲੀਜ਼ ਇਹ ਵੀਡੀਓ ਆਪਣੇ ਉਹਨਾਂ ਦੋਸਤਾਂ ਤੱਕ ਭੈਣਾ ਭਰਾਵਾਂ ਤੱਕ ਰਿਸ਼ਤੇਦਾਰਾਂ ਤੱਕ ਜ਼ਰੂਰ ਪਹੁੰਚਦੀ ਕਰਿਆ ਕਰੋ ਜਿਹੜੇ ਬਾਹਰਲੇ ਮੁਲਕਾਂ 'ਚ ਜਾ ਕੇ ਭਵਿੱਖ ਬਣਾਉਣਾ ਚਾਹੁੰਦੇ ਆ ਚਾਹੇ ਸਟੱਡੀ ਵੀਜ਼ਾ ਜਾਣ ਦੀ ਗੱਲ ਹੈ ਚਾਹੇ ਪੀਆਰ ਤੇ ਜਾਣ ਦੀ ਗੱਲ ਹੈ ਜੇ ਜਦੋਂ ਆਵਾਸ ਤੋਂ ਪ੍ਰਵਾਸ ਦੀ ਗੱਲ ਆਉਂਦੀ ਹੈ ਤਾਂ ਸਾਡਾ ਇਹ ਚੈਨਲ ਕਾਫੀ ਜ਼ਿਆਦਾ ਲੋਕਾਂ ਦੀ ਮਦਦ ਕਰ ਰਿਹਾ ਮਦਦਗਾਰ ਸਾਬਤ ਹੋ ਰਿਹਾ ਸੋ ਅੱਜ ਦੇ ਵੀਡੀਓ ਚ ਗੱਲ ਕਰਾਂਗੇ ਅਸੀਂ ਗ੍ਰੀਸ ਕੰਟਰੀ ਬਾਰੇ ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਹੰਗਰੀ ਬਾਰੇ ਫੇਰ ਗੱਲ ਕੀਤੀ ਹਾਲੈਂਡ ਬਾਰੇ ਅੱਜ ਗੱਲ ਕਰਾਂਗੇ ਗ੍ਰੀਸ ਕੰਟਰੀ ਬਾਰੇ ਸੋ ਏਥਨਸ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ ਗ੍ਰੀਸ ਦੇ ਵਿੱਚ ਬੈਚ ਡਿਗਰੀ 4 ਸਾਲ ਦੀ ਹੈ ਮਾਸਟਰ 2 ਸਾਲ ਦੀ ਹੈ ਤਕਰੀਬਨ 10000 ਯੂ ਐਸ ਡਾਲਰ ਦੇ ਬਰਾਬਰ ਦੀ ਫੀਸ ਜਾਣੀ ਸੋ ਵੀਜ਼ਾ ਸਕਸੈਸ ਰ ਬਹੁਤ ਜ਼ਿਆਦਾ ਵਧੀਆ ਹੈ ਪਲੱਸ 2 ਕੀਤੀ ਹੈ 2017 ਔਨਵਰਡ ਸੈਪਟੇਬਲ ਹੈ ਜਾਨੀ ਕਿ 5 ਸਾਲ ਦਾ ਗੈਪ ਸੈਪਟੇਬਲ ਹੈ ਜਸਟੀਫਿਕੇਸ਼ਨ ਦੇ ਨਾਲ ਬਟ ਜੇ ਗ੍ਰੈਜੂਏਸ਼ਨ ਕੀਤੀ ਹੈ ਮਾਸਟਰਸ ਡਿਗਰੀ ਲਈ ਪੜਨ ਜਾਣਾ ਤਾਂ ਫਿਰ 10-11 ਸਾਲ ਦਾ ਗੈਪ ਵੀ ਸੈਪਟੇਬਲ ਹੈ ਕਿਉਂਕਿ 2010 ਪੜਿਆ ਗ੍ਰੈਜੂਏਟ ਸਟੂਡੈਂਟ ਵੀ ਜਾ ਸਕਦਾ ਹੈ ਜਸਟੀਫਿਕੇਸ਼ਨ ਦੇ ਨਾਲ 10 ਤੋਂ 12 ਲੱਖ ਰੁਪਏ ਫੰਡ ਦਿਖਾਉਣੇ ਕੋਈ ਪੁਰਾਣੇ ਫੰਡ ਦਿਖਾਉਣ ਦੀ ਜ਼ਰੂਰਤ ਨਹੀਂ ਤੁਸੀਂ ਪੈਸੇ ਪਵਾ ਕੇ ਹਫ਼ਤੇ 10 ਦਿਨ ਬਾਅਦ ਵੀ ਫਾਈਲ ਐਮਬੈਸੀ ਚ ਲਾਂਚ ਕਰ ਸਕਦੇ ਹੋ ਕੋਈ ਡਾਕੂਮੈਂਟੇਸ਼ਨ ਦਾ ਜ਼ਿਆਦਾ ਰੌਲਾ ਨਹੀਂ ਰਿਫਿਊਜ਼ਲ ਰਿਸਕ ਬਹੁਤ ਜ਼ਿਆਦਾ ਘੱਟ ਹੈ ਜਾਦਤਰ ਕੇਸ ਵਿੱਚ ਅੰਬੈਸੀ ਇੰਟਰਵਿਊ ਨਹੀਂ ਲੈਂਦੀ ਬਟ ਫਿਰ ਵੀ ਬੱਚੇ ਨੂੰ ਪ੍ਰੋਪਰਲੀ ਤਿਆਰੀ ਕਰਾਈ ਜ਼ਰੂਰ ਜਾਂਦੀ ਹੈ ਸੋ ਜਿੱਥੇ ਆਰਐਸ ਗੋਬਲ ਕੈਨੇਡਾ ਯੂਕੇ ਆਸਟ੍ਰੇਲੀਆ ਯੂਐਸਏ ਅਲੱਗ-ਅਲੱਗ ਮੁਲਕਾਂ ਦੇ ਵਿੱਚ ਬੱਚੇ ਭੇਜਦਾ ਉਦਾਂ ਹੀ ਯੂਰਪ ਦੇ ਵਿੱਚ ਵੀ ਤਕਰੀਬਨ 17 17 ਕੰਟਰੀਜ਼ ਬੱਚੇ ਭੇਜੇ ਜਾਂਦੇ ਚਾਹੇ ਡੈਨਮਾਰਕ ਹੈ ਚਾਹੇ ਸਵੀਡਨ ਹੈ ਚਾਹੇ ਵਿਦਆਊਟ ਆਇਲਸ ਸਪਾਊਸ ਨਾਲ ਜਾਂਦੀ ਗੱਲ ਹੋਵੇ ਚਾਹੇ 12ਵੀਂ ਪਾਸ ਸਟੂਡੈਂਟ ਦੀ 6 ਬੈਂਡ ਦੇ ਨਾਲ ਸਪਾਊਸ ਨਾਲ ਲੈ ਕੇ ਜਾਂਦੀ ਗੱਲ ਹੋਵੇ ਡੈਨਮਾਰਕ ਦੀ ਗੱਲ ਚਾਹੋ ਫਰਾਂਸ ਦੀ ਗੱਲ ਹੈ ਚਾਹੇ ਫ੍ਰੀ ਐਜੂਕੇਸ਼ਨ ਜਰਮਨੀ ਦੀ ਗੱਲ ਕਰੀਏ ਜੇ ਕਿਸੇ ਨੇ ਐਮਬੀਬੀਐਸ ਡਾਕਟਰੀ ਦੀ ਪੜ੍ਹਾਈ ਕਰਨੀ ਹੈ ਜਰਮਨ ਚ ਪੜਨ ਭੇਜਦੇ ਆ ਸੋ 1 2 3 4 ਨਹੀਂ ਘਟੋ ਘਟ 17 ਕੰਟਰੀ ਦੀ ਆਪਸ਼ਨ ਹੈ ਯੂਰਪ ਚ ਔਰ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਤਕਰੀਬਨ 35 ਮਲਕਾਂ ਚ ਬੱਚੇ ਆਰਐਸ ਗੁਪਲ ਪਿਛਲੇ 15 ਸਾਲ ਤੋਂ ਭੇਜਦਾ ਸਿਰਫ ਲੋੜ ਹੈ ਆਪਣੇ ਆਪ ਨੂੰ ਸਿਆਣਾ ਕਰਨ ਦੀ ਐਜੂਕੇਟ ਕਰਨ ਦੀ ਨੌਲੇਜ ਇਕੱਠੀ ਕਰਨ ਦੀ ਅੱਜ ਜ਼ਮਾਨਾ ਦਿਖਾਵਟ ਦਾ ਨਹੀਂ ਹੈ ਅੱਜ ਜ਼ਮਾਨਾ ਹੈ ਨੌਲਜ ਇਕੱਠੀ ਕਰਨ ਦਾ ਅੱਜ ਜ਼ਮਾਨਾ ਹੈ ਸਿਆਣੇ ਹੋਣ ਦਾ ਸੋ ਇਸ ਵੀਡੀਓ ਚ ਗ੍ਰੀਸ ਬਾਰੇ ਗੱਲ ਕੀਤੀ ਕਿ ਦੋਸਤੋ ਸਾਡੇ ਕੋਲ ਪਬਲਿਕ ਯੂਨੀਵਰਸਿਟੀਆਂ ਨੇ ਜਿੰਨਾਂ ਚ ਬੈਚਲਰ ਔਰ ਮਾਸਟਰ ਦੀਰ ਕੀਤੀ ਜਾ ਸਕਦੀ ਹੈ ਅਗੇਨ ਇਨਟੇਕ ਦੀ ਗੱਲ ਕਰਾਂ ਜੁਲਾਈ ਔਰ ਸਪਟੰਬਰ ਦੇ ਇਨਟੇਕ ਹੈ ਤਕਰੀਬਨ 2 ਤੋਂ 3 ਮਹੀਨ ਦਾ ਟੋਟਲ ਵੀਜ਼ਾ ਪ੍ਰੋਸੈਸਿੰਗ ਜਿਹੜਾ ਹੈਗਾ ਟਾਈਮਿੰਗ ਹੈ ਵੀਜ਼ਾ ਸਕਸੈਸ ਰੇਟ ਪਿਛਲੇ ਦਿਮੇ ਤਿੰਨ ਸੈਮੈਸਟਰ ਦੀ ਗੱਲ ਕਰਾਂ ਤਾਂ ਹੁਣ ਤੱਕ ਵੀਜ਼ਾ ਰਿਫਿਊਜ਼ ਹੀ ਕੋਈ ਨਹੀਂ ਹੋਇਆ 100% ਵੀਜ਼ਾ ਸਕਸੈਸ ਰੇਟ ਆ ਸੋ ਅਗਰ ਇਸ অপਸ਼ਨ ਨੂੰ ਵੇਲ ਕਰਨਾ ਚਾਹੁੰਦੇ ਹੋ ਬੈਚਲਰ ਕੀਤੀ ਹੈ ਮਾਸਸਸ ਪੜਨ ਜਾਣਾ 10 ਤੋਂ 12 ਸਾਲ ਦਾ ਕੈਪਟੇਬਲ 12ਵੀਂ ਕੀਤੀ ਹੈ ਗ੍ਰੈਜੂਏਸ਼ਨ ਕਰਨ ਜਾਣਾ 2017 ਔਨਵਰਡ ਬੱਚਾ ਜਾ ਸਕਦਾ ਘੱਟੋ ਘੱਟ 55% ਨੰਬਰ ਦੇ ਨਾਲ ਸੋ ਅਗਰ ਇਸ অপਸ਼ਨ ਨੂੰ ਵੇਲ ਕਰਨਾ ਤੇ ਇੱਕ ਵਾਰ ਸਲਾਹ ਲੈਣ ਲਈ ਮੇਰੇ ਦਫ਼ਤਰ ਜੂਰ ਵਿਜ਼ਿਟ ਕਰਿਓ ਇਸ ਤੋਂ ਇਲਾਵਾ ਵੀ ਯੂਰਪ ਦੀਆਂ ਬਾਕੀ ਕੰਟਰੀ ਭਾਵੇਂ ਫਰਾਂਸ ਹੈ ਭਾਵੇਂ ਇਟਲੀ ਹੈ ਜਿੱਥੇ ਮੈਂ ਵਿਦਾਊਟ ਆਇਲਸ ਗੱਲ ਕਰ ਰਿਹਾ ਚਾਹੇ ਡੈਨਮਾਰਕ ਹੈ ਚਾਹੇ 스ਵੇਡਨ ਹੈ ਇਹਨਾਂ ਸਾਰੇ ਮੁਲਕਾਂ ਬਾਰੇ ਤੁਸੀਂ অপਸ਼ਨ ਵੇਲ ਕਰ ਸਕਦੇ ਹੋ ਜਦੋਂ ਸਾਡੇ ਦਫ਼ਤਰ ਚ ਆਉਂਦੇ ਹੋ ਅਸੀਂ ਤੁਹਾਡੇ ਐਜੂਕੇਸ਼ਨ ਡਾਕੂਮੈਂਟਸ ਦੇ ਬਿਹਾਫ ਤੇ ਉਹਦੀ ਪਰਸੈਂਟੇਜ ਦੇ ਬਿਹਾਫ ਤੇ ਆਇਲਟਸ ਦੇ ਬੈਂਡ ਦੇ ਬਿਹਾਫ ਤੇ ਔਰ ਤੁਹਾਡੇ ਪੇਰੈਂਟਸ ਦਾ ਤੁਹਾਡੇ ਮਾਪਿਓ ਦਾ ਤੁਹਾਡੇ ਪਰਿਵਾਰ ਦਾ ਬਜਟ ਉਹਦੇ ਹਿਸਾਬ ਨਾਲ ਉਹਦੇ ਅਕੋਰਡਿੰਟਲੀ ਤੁਹਾਨੂੰ ਕੰਟਰੀ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ ਸਿਰਫ ਇਹ ਨਿਗਾ ਕਿ ਸਾਰਿਆਂ ਨੂੰ ਇੱਕੋ ਨੱਕੇ ਚੜਾ ਦਿੱਤਾ ਕੋਈ ਗੱਲ ਨਹੀਂ ਯਾਦਾ ਤੂੰ ਵੀ ਕੈਨੇਡਾ ਤੂੰ ਵੀ ਕੈਨੇਡਾ ਤੂੰ ਵੀ ਕੈਨੇਡਾ ਸੋ ਸਿਰਫ ਕੈਨੇਡਾ ਦੁਨੀਆ ਨਿਵਾਸੀ ਦੋਸਤੋ ਜਦੋਂ ਆਵਾਸ ਤੋਂ ਪ੍ਰਵਾਸ ਦੀ ਗੱਲ ਹੁੰਦੀ ਹੈ ਤਾਂ ਦੁਨੀਆ ਵਿੱਚ ਬਹੁਤ ਹੋਰ ਚੰਗੇ ਮੁਲਕ ਆ ਜਿੱਥੇ ਪੰਜਾਬੀਆਂ ਨੇ ਕਦੀ ਐਕਸਪਲੋਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਯੈਸ ਅੱਜ ਵੀ ਮੈਂ ਦੁਆਬੇ ਬੈਲਟ ਦੀ ਗੱਲ ਕਰਾਂ ਜਾਂ ਅੱਜ ਵੀ ਮੈਂ ਮਾਝੇ ਬੈਲਟ ਦੀ ਗੱਲ ਕਰਾਂ ਤਾਂ ਸਿਰਫ ਲੋਕ ਦੋ ਨੰਬਰ ਚ ਯੂਰਪ ਪਹੁੰਚਣ ਨੂੰ ਤਰਜੀਹ ਦਿੰਦੇ ਆ 15-16 ਲੱਖ ਰੁਪਏ 17 ਲੱਖ ਰੁਪਏ ਖਰਚ ਕੇ ਸਿਰਫ ਪਹੁੰਚ ਕਰਦੇ ਆ ਅੱਜ ਲੀਗਲੀ ਤੁਹਾਨੂੰ ਗ੍ਰੀਸ ਚ 3 ਤੋਂ 5 ਲੱਖ ਚ ਭੇਜਣ ਦੀ ਗੱਲ ਕਰ ਰਿਹਾ ਹਾਰਸ ਗੁਮਲ ਜੈਨੂਨ ਤਰੀਕੇ ਨਾਲ ਤੁਸੀਂ 7 ਤੋਂ 8 ਲੱਖ ਰੁਪਏ ਖਰਚ ਕੇ ਸਟੱਡੀ ਵੀਜ਼ਾ ਦੇ ਸਾਲ ਦੀ ਫੀਸ ਪੇ ਕਰਕੇ ਜਾ ਸਕਦੇ ਹੋ ਜਦੋਂ ਤੁਸੀਂ ਅੱਧਿਆ ਪੈਸਿਆਂ ਚ ਜੈਨੂਨ ਲੀਗਲ ਤਰੀਕੇ ਨਾਲ ਜਾ ਸਕਦੇ ਹੋ ਫਿਰ ਇਲੀਗਲ ਰਸਤੇ اختیار ਕਰਨ ਦੀ ਕੀ ਲੋੜ ਹੈ ਸੋ ਇਹ ਮੈਸੂਰ ਨਾਲ ਬੱਚੇ ਜਿਹੜੇ ਅੱਜ ਵੀ ਕਿਉਂਕਿ ਬਹੁਤ ਵੱਡੀ ਬੈਲਟਾ ਮੈਂ ਨਾਮ ਨਹੀਂ ਲਊਂਗਾ ਉਹਨਾਂ ਸ਼ਹਿਰਾਂ ਦੇ ਮੈਨੂੰ ਖੁਦ ਨੂੰ ਪਤਾ ਬਟ ਬਹੁਤ ਵੱਡੀ ਬੈਲਟਾ ਪੰਜਾਬ ਦੀ ਜਿਹੜੀ ਇਲੀਗਲ ਦੋ ਨੰਬਰ ਚ ਯੂਰਪ ਚ ਪਹੁੰਚ ਕਰਨ ਦੀ ਕੋਸ਼ਿਸ਼ ਕਰਦੀ ਹੈ ਸੋ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਅ ਜਿ ਲੀਗਲੀ ਘੱਟ ਪੈਸਿਆਂ ਚ ਕਾਨੂੰਨਨ ਤਰੀਕੇ ਦੇ ਨਾਲ ਔਰ ਪਾਰਟ ਟਾਈਮ ਨਾਲ ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਮਿਲਦੀ ਹਰੇਕ ਬੱਚੇ ਜੇ ਤੁਸੀਂ ਪੜਾਈ ਦੇ ਵੀਜ਼ਰ ਜਾਂਦੇ ਹੋ ਅਗਰ ਇਦਾਂ ਦੀ ਆਪਸ਼ਨ ਵੇਲ ਕਰਨਾ ਸਾਡੇ ਦਫ਼ਤਰ ਆ ਕੇ ਸਾਡੇ ਨਾਲ ਜੂਸ ਸਲਾਮਾਸ਼ੁਰਾ ਕਰੋ ਆਨਲਾਈਨ ਕਾਉਂਸਲਿੰਗ ਲੈਣਾ ਚਾਹੁੰਦੇ ਉਹ ਜੋ ਨੰਬਰ ਸਕਰੀਨ ਤੇ ਚੱਲ ਰਿਹਾ 70509 70509 ਇੱਥੇ ਕਾਲ ਕਰਕੇ ਆਨਲਾਈਨ ਵੀਡੀਓ ਕਾਲ ਤੇ ਤੁਸੀਂ ਸਾਡੇ ਨਾਲ ਕਾਉਂਸਲਿੰਗ ਲੈ ਕੇ ਆਪਦਾ ਪ੍ਰੋਸੈਸ ਸ਼ੁਰੂ ਕਰ ਸਕਦੇ ਹੋ ਜੇ ਤੁਸੀਂ ਪੰਜਾਬ ਤੋਂ ਬਾਹਰ ਹੋ ਜਾਂ ਕਿਸੇ ਹੋਰ ਸੂਬੇ ਦੇ ਤੋਂ ਬਿਲੋਂਗ ਕਰਦੇ ਹੋ ਸੋ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਵੇਗੀ ਆਪਦੇ ਫੀਡਬੈਕ ਆਪਦੇ ਕਮੈਂਟ ਦੇ ਰੂਪ ਚ ਜੂਸ ਸਾਨੂੰ ਭੇਜੋ ਤਾਂ ਕਿ ਉਹਨਾਂ ਫੀਡਬੈਕ ਦੇ ਜ਼ਰੀਏ ਅਸੀਂ ਹੋਰ ਨਵੇਂ ਕੰਟੈਂਟ ਲੈ ਕੇ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰ ਹੋ ਸਕੀ ਤਾਂ ਤੱਕ ਜ